ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਸਾਰਿਆਂ ਦਾ ਜੀ ਸਾਰੇ ਠੀਕ ਠਾਕ ਤੇ ਆਪਾਂ ਵੀ ਵਧੀਆ ਵਾਂ ਇਸ ਟਾਈਮ ਤੁਸੀਂ ਵੇਖ ਲਓ ਵੀ ਨਾਰਵੇ ਚ ਰਾਤ ਦੇ 9:30 ਵਜੇ ਹੋਏ ਨੇ ਤੇ ਚਾਨਣ ਵੇਖ ਲਓ ਕਿੰਨਾ ਤੇ ਐਸੋ ਲਈ ਆਪਾਂ ਥੋੜੀ ਜਿਹੀ ਰੋਟੀ ਖਾ ਕੇ ਮਾੜੀ ਜੀ ਸੈਰ ਕਰਨ ਵਾਕ ਕਰਨ ਨਿਕਲੇ ਹਲਕੀ ਫੁਲਕੀ ਜੀ ਆਹ ਨਾ ਉਹ ਬਿਲਡਿੰਗ ਜਿੱਥੇ ਆਪਾਂ ਰਹਿੰਦੇ ਆ ਤੇ ਆ ਮਗਰ ਜੰਗਲ ਆ ਤੇ ਵੇਖੋ ਜੰਗਲ ਦੇ ਮਗਰ ਪੱਕੀਆਂ ਛੜਕਾ ਬਣਾਈਆਂ ਨੇ ਪਰ ਇੱਥੇ ਤੁਸੀਂ ਕਾਰ ਜਾਂ ਕੋਈ ਵੀ ਮਸ਼ੀਨਰੀ ਨਹੀਂ ਚਲਾ ਸਕਦੇ ਸਿਰਫ ਸਿਰ ਸਾਈਕਲ ਸਾਈਕਲਿੰਗ ਜਾਂ ਵਾਕ ਕਰ ਸਕਦੇ ਜਾਂ ਜੋਗਿੰਗ ਕਰ ਸਕਦੇ ਜੇ ਹੋਰ ਕੁਝ ਨਹੀਂ ਇੱਥੇ ਤੁਸੀਂ ਕਰ ਸਕਦੇ ਵੀ ਗੱਡੀ ਨਹੀਂ ਚਲਾ ਸਕਦੇ ਬਾਕੀ ਸਾਰ ਨੋਰਮਲ ਜੋ ਵੀ ਆਪਦਾ ਕਰਦੇ ਰਹੋ ਤੇ ਆਪਾਂ ਗੱਲ ਕਰਨੀ ਸੀ ਜਿਵੇਂ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਸੀ ਲਾਇਸੈਂਸ ਬਾਰੇ ਕਾਰ ਦਾ ਲਾਇਸੈਂਸ ਤੇ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਟਰੱਕ ਦੇ ਲਾਇਸੈਂਸ ਦੀ ਤੇ ਨਾਲ ਡਰਾਈਵਰ ਕਾਰਡ ਦੀ ਵੀ ਕਿੰਨਾ ਕੁ ਖਰਚਾ ਆ ਜਾਂਦਾ ਵਾ ਤੇ ਕਿੜੀਆਂ-ਕਿਹੜੀਆਂ ਲੈਂਗੁਏਜ ਜਾਂ ਪਛਾਵਾਂ ਦੇ ਵਿੱਚ ਵੀਡੀਓ ਜੇ ਤੁਹਾਨੂੰ ਚੰਗੀ ਲੱਗੇ ਤੇ ਇਹਨੂੰ ਜਰੂਰ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਤੇ ਹੁਣ ਆਪਾਂ ਕਰਦੇ ਹਾਂ ਵੀਡੀਓ ਅੱਜ ਦੀ ਸ਼ੁਰੂ ਗੱਲਬਾਤ ਜਿਵੇਂ ਤੁਹਾਨੂੰ ਪਤਾ ਨਾ ਹਾਂ ਦੱਸਿਆ ਸੀ ਪਿਛਲੀ ਵੀਡੀਓ 'ਚ ਬਿਕਾਰ ਦਾ ਲਾਇਸੈਂਸ ਤਕਰੀਬਨ 3 3.5 ਦਾ 1000 ਯੂਰੋ ਇੱਥੇ ਲੱਗ ਜਾਂਦਾ ਵਾ ਜਿਆਦਾ ਵੀ ਲੱਗ ਜਾਂਦਾ ਵਾ ਹਰ ਤਰ੍ਹਾਂ ਦੀ ਕਾਰ ਜਿਹੋ ਜੀ ਤੁਸੀਂ ਚਾਹੁੰਦੇ ਜੇ ਵਾਕਸ ਵੇਗਨ ਜਾਂ ਬੀ ਐਮ ਡਬਲਯੂ ਆਉਡੀ ਜਾਂ ਹੋਰ ਪੋਰਸ਼ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਰ੍ਹਾਂ ਦੀ ਕਾਰ ਤੁਸੀਂ ਚਾਹੁੰਦੇ ਜੇ ਆਉਂਦਾ ਤੁਸੀਂ ਲਾਇਸੈਂਸ ਇੱਥੇ ਉਹ ਗੱਡੀ ਤੇ ਡਰਾਈਵਿੰਗ ਸਿੱਖ ਸਕਦੇ ਜੇ ਤੇ ਉਹ ਜਿਵੇਂ ਜਿਵੇਂ ਕਾਰ ਮਹਿੰਗੀ ਹੁੰਦੀ ਜਾਏਗੀ ਲਾਇਸੈਂਸ ਵੀ ਮਹਿੰਗਾ ਹੁੰਦਾ ਜਾਏਗਾ ਪਰ ਨਾਰਮਲ ਵੀ 3 35000 ਦੇ ਵਿੱਚ ਕਾਰ ਦਾ ਲਾਇਸੈਂਸ ਤੁਸੀਂ ਇੱਥੇ ਬਣਾ ਲੈਂਦੇ ਜੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਟਰੱਕ ਦੇ ਲਾਇਸੈਂਸ ਦੀ ਤੇ ਟਰੱਕ ਦਾ ਲਾਇਸੈਂਸ ਵੀ ਉਵੇਂ ਹੀ ਆ ਪਹਿਲਾਂ ਤੁਹਾਨੂੰ ਥੈਰੀਟਿਕਲ ਟੈਸਟ ਪਾਸ ਕਰਨਾ ਪੈਣਾ ਵਾ ਤੇ ਫਿਰ ਪ੍ਰੈਕਟੀਕਲ ਟੈਸਟ ਪਾਸ ਕਰਨਾ ਪੈਣਾ ਤੇ ਉਸ ਤੋਂ ਬਾਅਦ ਡਰਾਈਵਰ ਕਾਰਡ ਜਿਹੜਾ ਥੈਰੀਟਿਕਲ ਹੈ ਉਹ ਤੁਸੀਂ ਇੰਗਲਿਸ਼ ਚ ਦੇ ਸਕਦੇ ਜੇ ਤੇ ਪ੍ਰੈਕਟੀਕਲ ਉਹ ਤੁਸੀਂ ਨਾਲ ਟਰਾਂਸਲੇਟਰ ਲੈ ਕੇ ਜਾ ਸਕਦੇ ਜੇ ਤੇ ਜਿਹੜਾ ਡਰਾਈਵਰ ਕਾਰਡ ਹੈ ਉਹ ਇਥੇ ਸਿਰਫ ਤੇ ਸਿਰਫ ਨਾਰਵੇਜੀਅਨ ਲੈਂਗੁਏਜ ਦੇ ਵਿੱਚ ਹੀ ਆ ਤੇ ਉਹਦੇ ਵਿੱਚ ਤੁਸੀਂ ਟਰਾਂਸਲੇਟਰ ਲੈ ਕੇ ਨਹੀਂ ਜਾ ਸਕਦੇ ਤੇ ਕੋਸਟ ਉਵੇਂ ਜਿਵੇਂ ਟਰੱਕ ਦਾ ਜਿਹੜੇ ਮਰਜ਼ੀ ਟਰੱਕ ਤੇ ਕੋਸ ਕਾਨੀਆਂ ਦਾ ਟਰੱਕ ਲੈ ਲੋ ਮਰਸੀਡੀਜ਼ਾ ਲੈ ਲੋ ਡੈਫ ਦਾ ਲੈ ਲੋ ਜਿਹੜਾ ਮਰਜ਼ੀ ਟਰੱਕ ਤੇ ਤੁਸੀਂ ਸਿੱਖੋ ਤੇ ਬਾਅਦ ਚੋ ਟ੍ਰੇਨਿੰਗ ਦੇਣੀ ਆ ਤੇ ਉਸੇ ਟਰੱਕ ਤੇ ਤੁਸੀਂ ਟੈਸਟ ਦੇ ਸਕਦੇ ਜੇ ਤੇ ਇਹਦਾ ਕੋਸਟ ਤੇ ਇਹ ਵੀ ਉਵੇਂ ਹੀ ਆ ਸਾਰਾ ਕੁਝ ਤੁਹਾਨੂੰ ਨਾਰਮਲ ਸ਼ਹਿਰ ਦੇ ਵਿੱਚ ਵੀ ਡਰਾਈਵ ਕਰਾਉਣਗੇ ਹਾਈਵੇ ਤੇ ਵੀ ਡਰਾਈਵ ਕਰਾਉਣਗੇ ਰਾਤ ਨੂੰ ਕਿਵੇਂ ਡਰਾਈਵ ਹੁੰਦੀ ਆ ਤੇ ਪਾਰਕਿੰਗ ਆ ਸਿਖਾਉਣਗੇ ਤੇ ਬਰਫ਼ ਦੇ ਵਿੱਚ ਕਿਵੇਂ ਡਰਾਈਵਿੰਗ ਹੁੰਦੀ ਆ ਮੀਦੇ ਵਿੱਚ ਕਿਵੇਂ ਡਰਾਈਵਿੰਗ ਹੁੰਦੀ ਹੈ ਇਹ ਸਾਰਾ ਤੁਹਾਨੂੰ ਦੱਸਣਗੇ ਤੇ ਇਹਦੀ ਕੋਸਟ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਕਾਰ ਦੀ ਤਾਂ ਕੋਸਟ ਘੱਟੋ ਘੱਟ ਆ ਜਾਂਦੀ ਆ 3.5000 ਤੇ ਇਹਦੀ ਕੋਸਟ ਕੱਲੇ ਟੈਸਟ ਦੀ ਕੋਸਟ ਆਨ ਦੀ ਆ ਕੋਈ 40 ਤੋਂ 50 ਹਜ਼ਾਰ ਕਰੋਨ ਯਾਨੀ ਕਿ 1.5000 5000 ਯੂਰੋ ਤੇ ਰਿਕਸ਼ਾ ਆਫਰ ਡਰਾਈਵਰ ਕਾਰ ਨੂੰ ਕਹਿੰਦੇ ਰਿਕਸ਼ਾ ਆਫਰ ਤੇ ਉਹ ਵੀ ਤੁਹਾਨੂੰ 30 ਤੋਂ 35000 ਕਰਾਉਣੀਆਂ ਨਹੀਂ ਕਿ 3 ਤੋਂ 3.5000 ਯੂਰੋ ਤੁਹਾਡਾ ਉਹ ਵੀ ਲੱਗ ਜਾਣਾ ਯਾਨੀ ਕਿ ਜੇ ਤੁਸੀਂ ਇੱਕ ਵਾਰ ਚ ਪਾਸ ਕਰ ਲੋਗੇ ਤੇ ਤੁਹਾਡਾ ਕੋਈ 8000 ਯੂਰੋ ਲੱਗੂਗਾ ਤੇ ਜੇ ਤੁਸੀਂ ਜਿਨੇ ਜਿਨੇ ਅਟੈਂਪਟ ਤੁਹਾਡੀਆਂ ਲੇਟ ਹੁੰਦੀਆਂ ਜਾਣਗੀਆਂ ਤੇ ਉਹਨੇ ਉਹਨੇ ਤੁਹਾਡਾ ਟੈਸਟ ਮਹਿੰਗਾ ਹੁੰਦਾ ਜਾਊਗਾ 8000 9000 10000 ਤੁਹਾਡੇ ਦੇ ਡਿਮੈਂਡ ਕਿੰਨੇ ਕ ਹਜ਼ਾਰ ਯੂਰੋ ਵਿੱਚ ਤੁਸੀਂ ਕਰਨਾ ਵਾ ਤੇ ਇਹ ਸੀ ਟਰੱਕ ਦੇ ਲਾਇਸੈਂਸ ਦਾ ਤੇ ਟਰੱਕ ਦੇ ਲਾਇਸੈਂਸ ਦਾ ਇਸ ਤਰ੍ਹਾਂ ਜੇ ਤੁਸੀਂ ਟਰੱਕ ਦਾ ਲਾਇਸੈਂਸ ਕਰ ਲੈਂਦੇ ਜੇ ਨਾਰਵੇ ਵਿੱਚ ਜਾਂ ਨਾਰਵ ਕਿਸੇ ਬਾਹਰੋਂ ਮੈਂ ਤਾਂ ਤੁਹਾਨੂੰ ਕਹਾਂਗਾ ਜੇ ਤੁਸੀਂ ਨਾਰਵੇ ਵਿੱਚ ਕੰਮ ਕਰਨ ਦਾ ਸੋਚਦੇ ਜੇ ਐਜ਼ ਅ ਡਰਾਈਵਰ ਤੇ ਫਿਰ ਤਾਂ ਤੁਸੀਂ ਲਾਇਸੈਂਸ ਬਾਹਰੋਂ ਕਰਕੇ ਆਓ ਬਾਹਰੋਂ ਸੌਕੇ ਨੇ ਮੈਂ ਵੀ ਪੋਲੈਂਡ ਤੋਂ ਸਾਰੇ ਲਾਇਸੈਂਸ ਕਰਕੇ ਆਇਆ ਹਾਂ ਟਰੱਕ ਦਾ ਟਰਾਲੇ ਦਾ ਤੇ ਬੱਸ ਦਾ ਸਾਰੇ ਮੈਂ ਪੋਲੈਂਡ ਤੋਂ ਕਰਕੇ ਆਇਆ ਹਾਂ ਉੱਥੇ ਸਸਤੇ ਹੋ ਜਾਂਦੇ ਸੌਕੇ ਤਾਂ ਨਹੀਂ ਹੁੰਦੇ ਪਰ ਸਸਤੇ ਹੋ ਜਾਂਦੇ ਨੇ ਇੱਥੇ ਮਹਿੰਗੇ ਹੁੰਦੇ ਨੇ ਤੇ ਜੇ ਤੁਸੀਂ ਸੋਚਦੇ ਪਏ ਜੇ ਵੀ ਅਸੀਂ ਨਾਰਵੇ ਚ ਜਾਣਾ ਵਾ ਤੇ ਨਾਰਵੇ ਐਜ਼ ਅ ਡਰਾਈਵਰ ਕੰਮ ਕਰਨਾ ਵਾ ਤੇ ਮੈਂ ਤੁਹਾਨੂੰ ਸਲਾਹ ਦਿਆਂਗਾ ਵੀ ਤੁਸੀਂ ਨਾਲ ਲਾਇਸੈਂਸ ਆਪਦੇ ਜਿਹੜੀ ਵੀ ਕੰਟਰੀ ਵਿੱਚ ਤੁਸੀਂ ਹੁੰਦੇ ਹੈਗੇ ਜੇ ਨਾਰਵੇ ਤੋਂ ਬਾਹਰ ਜਿਵੇਂ ਪੋਲੈਂਡ ਜਾਂ ਲਤਫਾਨੀਆ ਜਾਂ ਸਪੇਨ ਜਾਂ ਪੁਰਤਗਾਲ ਜਿਹੜੀ ਵੀ ਕੰਟਰੀ ਹੈਗੇ ਜੇ ਤੁਸੀਂ ਤੇ ਉਸ ਕੰਟਰੀ ਤੋਂ ਹੀ ਤੁਸੀਂ ਲਾਇਸੈਂਸ ਪਾਸ ਕਰਕੇ ਆਓ ਉਹ ਤੁਹਾਡੇ ਲਈ ਸੌਖਾ ਰਹੂਗਾ ਲਾਇਸੈਂਸ ਦੀ ਪ੍ਰੋਬਲਮ ਕੋਈ ਨਹੀਂ ਇਥੇ ਚੇਂਜ ਵੀ ਹੋ ਜਾਂਦਾ ਵਾ ਤੇ ਤੁਸੀਂ ਉਂਦੇ ਤੇ ਗੱਡੀ ਵੀ ਚਲਾ ਸਕਦੇ ਹੋ ਚੇਂਜ ਨਹੀਂ ਕਰਾਉਣਾ ਮੇਰੇ ਕੋਲ ਪੋਲੈਂਡ ਦਾ ਲਾਇਸੈਂਸ ਹੈ ਮੈਂ ਹਲੇ ਤੱਕ ਚੇਂਜ ਨਹੀਂ ਕਰਾਇਆ ਤੇ ਪੋਲੈਂਡ ਦੇ ਲਾਇਸੈਂਸ ਤੇ ਗੱਡੀ ਚਲਾਉਣਾ ਪੁਲਿਸ ਵਾਲਿਆਂ ਨੇ ਵੀ ਚੈੱਕ ਕੀਤਾ ਦੂਸਰਾ ਕੰਟਰੋਲ ਵੀ ਹੋਇਆ ਕੋਈ ਟੈਂਸ਼ਨ ਨਹੀਂ ਵੇਖਦੇ ਨੇ ਲਾਇਸੈਂਸ ਠੀਕ ਹੈ ओरिजिनल ਛੱਡ ਦਿੰਦੇ ਨੇ ਕੋਈ ਏਡੀ ਚੱਕਰ ਵਾਲੀ ਗੱਲ ਨਹੀਂ ਜੇ ਤੁਸੀਂ ਚੇਂਜ ਕਰਾਉਣਾ ਚੇਂਜ ਵੀ ਕਰਾ ਸਕਦੇ ਜੇ ਪਰ ਉਹ ਵੀ ਲਾਇਸੈਂਸ ਚੱਲ ਜਾਂਦਾ ਦੂਜੀਆਂ ਕੰਟਰੀਆਂ ਦਾ ਯੂਨੀਅਨ ਦਾ ਵੀ ਤੇ ਇਹ ਨੋ ਫਰਮ ਕੰਮ ਹਾਂ ਕੰਮ ਦੀ ਆਪਾਂ ਗੱਲ ਕਰਦੇ ਆਂ ਵੀ ਜੇ ਤੁਹਾਡੇ ਕੋਲ ਟਰੱਕ ਦਾ ਲਾਇਸੈਂਸ ਹੁੰਦਾ ਵਾ ਨਾਰਵੇ ਦੇ ਵਿੱਚ ਤੇ ਕੰਮ ਦੀ ਤੁਹਾਨੂੰ ਪਰਮਿਸ਼ਨ ਮਿਲ ਜਾਂਦੀ ਹੈ ਨਾਰਵੇ ਦੇ ਵਿੱਚ ਤੇ ਫਿਰ ਕੰਮ ਦੀ ਕੋਈ ਘਾਟ ਨਹੀਂ ਜੇ ਤੇ ਲੋਕੀ ਸੰਭਲੋ ਤੁਹਾਨੂੰ ਘਰੋਂ ਚੱਕ ਕੇ ਲੈ ਕੇ ਜਾਣਗੇ ਆ ਜਾ ਭਾਈ ਮੇਰੇ ਕੋਲ ਗੱਡੀ ਹੈਗੀ ਆ ਤੁਪਾ ਡਰਾਈਵਰ ਨਹੀਂ ਹੈਗਾ ਤੇ ਆਪਾਂ ਕਰੀਏ ਗੱਲ ਬਾਤ ਤੇ ਡਰਾਈਵਿੰਗ ਕਰੀਏ ਸਟਾਰ ਇਸ ਲਈ ਟਰੱਕ ਦੇ ਕੰਮ ਦੀ ਕੋਈ ਪ੍ਰੋਬਲਮ ਨਹੀਂ ਲਾਇਸੈਂਸ ਮੈਂ ਤੁਹਾਨੂੰ ਦੱਸ ਦਿਤਾ ਵਾ ਨਾਰਵੇਜੀਯਨ ਤੁਹਾਨੂੰ ਆਣੀ ਜ਼ਰੂਰੀ ਆ ਡਰਾਈਵਰ ਕਾਰਡ ਦੇ ਲਈ ਕਿਉਂਕਿ ਪੋਲੈਂਡ ਦੇ ਵਿੱਚ ਟੈਸਟ ਪੋਲਿਸ਼ ਲੈਂਗੁਏਜ ਤੇ ਜਰਮਨ ਲੈਂਗੁਏਜ ਤੇ ਰਸ਼ੀਆ ਲੈਂਗੁਏਜ ਵੀ ਹੋ ਜਾਂਦਾ ਯੂਕਰੇਨੀ ਲੈਂਗੁਏਜ ਵੀ ਹੋ ਜਾਂਦਾ ਹੁਣ ਤੇ ਇੱਥੇ ਸਿਰਫ ਨਾਰਵੇਜੀਯਨ ਲੈਂਗੁਏਜ ਹੀ ਹੁੰਦਾ ਵਾ ਡਰਾਈਵਰ ਕਾਰਡ ਦਾ ਟੈਸਟ ਤੇ ਇਸ ਲਈ ਤੁਹਾਨੂੰ ਨਾਰਵੇਜੀ ਨਾਲ ਨਹੀਂ ਜਰੂਰੀ ਆ ਟਰਾਂਸਲੇਟਰ ਨਹੀਂ ਤੁਸੀਂ ਲੈ ਕੇ ਜਾ ਸਕਦੇ ਇੱਥੇ ਤੇ ਕੰਮ ਬਹੁਤ ਇੱਥੇ ਜੇ ਤੁਸੀਂ ਸੋਚਦੇ ਜੇ ਵੀ ਆਪਾਂ ਨਾਰਵੇ ਚੱਲੀਏ ਅੱਖ ਚ ਕੁਝ ਪੈ ਗਿਆ ਨਾਰਵੇ ਚੱਲੀਏ ਤੇ ਕਿਸੇ ਦੂਸਰੇ ਮੁਲਕਾਂ ਚ ਜੇ ਪੋਲੈਂਡ ਵਗੈਰਾ ਚ ਛੋਟੇ-ਛੋਟੇ ਮੁਲਕ ਜਿਹੜੇ ਹੈਗੇ ਨੇ ਛੋਟੇ ਦਾ ਨਹੀਂ ਚਲੋ ਆਪਾਂ ਕਹਿ ਸਕਦੇ ਵੀ ਉਹਦੇ ਪੈਸੇ ਘੱਟ ਬੰਦਾ ਨਾਲ ਮੁਲਕਾਂ ਚ ਵੀ ਉਹਨਾਂ ਮੁਲਕਾਂ ਚ ਜੇ ਤੇ ਲਾਇਸੈਂਸ ਬਣ ਜਾਂਦੇ ਨੇ ਸੌਖੇ ਉੱਥੋਂ ਕਰਕੇ ਆਓ ਇੱਥੇ ਕੰਮ ਦੀ ਪਰਮਿਸ਼ਨ ਆ ਕੰਮ ਦੀ ਕੋਈ ਟੈਨਸ਼ਨ ਨਹੀਂ ਹੈਗੀ ਕੰਮ ਵਾਧੂਗਾ ਤੇ ਟਰੱਕ ਦੇ ਲਾਇਸੈਂਸ ਦੀ ਇੰਨੀ ਕਨਫਰਮੇਸ਼ਨ ਸੀ ਤੇ ਆਪਾਂ ਅਗਲੀ ਇਨਫੋਰਮੇਸ਼ਨ ਫਿਰ ਲਿਉਣੇ ਆ ਟਰਾਲੇ ਦੀ ਉਹਨ ਦੀ ਕੋਸਟ ਕਿੰਨੀ ਆ ਤੇ ਕਿਵੇਂ ਆ ਫਿਰ ਉਸ ਤੋਂ ਬਾਅਦ ਬੱਸ ਦਾ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਆਪਾਂ ਜੀ ਟੈਕਸੀ ਦਾ ਟੈਕਸੀ ਦੇ ਲਾਇਸੈਂਸ ਦੀ ਗੱਲ ਤੇ ਹੋਰ ਤੁਹਾਡੇ ਕੋਈ ਸਵਾਲ ਹੈਗਾ ਵਾ ਨਾਰਵੇ ਦੇ ਰਿਲੇਟਡ ਤੇ ਤੁਸੀਂ ਕਮੈਂਟ ਕਰਕੇ ਜਰੂਰ ਪੁੱਛੋ ਤੇ ਜਦ ਤੱਕ ਆਪਾਂ ਨੂੰ ਪਹੁੰਚ ਹੋਏਗੀ ਜਾਂ ਜਿੰਨੀ ਕ ਆਪਣੀ ਜਾਣਕਾਰੀ ਹੋਏਗੀ ਤੇ ਆਪਾਂ ਜਰੂਰ ਤੁਹਾਡਾ ਨਾਲ ਸਾਂਝੀ ਕਰਾਂਗੇ ਤੇ ਇੱਕ ਆਪਣੇ ਯਾਰ ਦੋਸਤ ਮੰਗਦੇ ਕੰਟੈਕਟ ਨੰਬਰ ਕੋਈ ਨਹੀਂ ਆਪਾਂ ਕੋਈ ਭਾਜੀ ਫੇਸਬੁੱਕ ਜਾਂ ਇੰਸਟਾਗ੍ਰam ਦਾ ਕੋਈ ਨਾ ਕੋਈ ਇਹੋ ਜਿਹਾ ਹੀ ਲਵਸੀਲਾ ਕੱਢਦੇ ਆ ਕਿ ਆਪਾਂ ਇੱਕ ਦੂਜੇ ਨਾਲ ਕੰਟੈਕਟ ਕਰ ਸਕੀਏ ਕਿਉਂਕਿ ਫੋਨ ਨੰਬਰ ਦੇਣਾ ਔਖਾ ਹੁੰਦਾ ਕਿ ਫੋਨ ਨੰਬਰ ਇੱਕ ਰੰ ਦਿੱਤਾ ਸੀ ਤੇ ਮੈਂ ਬੜਾ ਔਖਾ ਆਇਆ ਸੀ ਤੇ ਬਹੁਤ ਜ਼ਿਆਦਾ ਫੋਨ ਫਰਕਾਉਂਦੇ ਨੇ ਫੋਨ ਇਹਨੇ ਸੁਣਨ ਜਾਂਦੇ ਕੰਮ ਵੀ ਕਰਨਾ ਹੁੰਦਾ ਵਾ ਤੇ ਠੀਕ ਹੈ ਅਗਲੀ ਵੀਡੀਓ ਚ ਤੇ ਫਿਰ ਆਪਾਂ ਕਰਦੇ ਆ ਟਰਾਲ ਟਰਾਲੇ ਦੇ ਲਾਇਸੈਂਸ ਦੀ ਗੱਲ ਪਹਿਲਾਂ ਫਿਰ ਆਪਾਂ ਬੱਸ ਦੇ ਲਾਇਸੈਂਸ ਦੀ ਗੱਲ ਕਰਾਂਗੇ ਤੇ ਠੀਕ ਹੈ ਜੀ ਹੌਲੀ ਹੌਲੀ ਚੱਲੀਏ ਘਰ ਨੂੰ 9:30 ਪੌਣੇ 10 ਦਾ ਟਾਈਮ ਹੋ ਗਿਆ ਤੇ ਚਾਨਣ ਵੇਖ ਲਓ ਕਿੰਨਾ ਵਾ ਤੇ ਸਵੇਰੇ ਉੱਠਣਾ ਨਾ ਫਿਰ ਤੇ ਠੀਕ ਹੈ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ